ਜ਼ਿਮਣੀ ਚੋਣਾਂ ਦੀ ਹਾਲੇ ਅਨਾਊਂਸਮੈਂਟ ਸੰਭਾਵਨਾ ਸੀ ਕਿ ਹਰਿਆਣੇ ਨਾਲ ਹੋ ਜਾਣੀ, ਪਰ ਹੋਈ ਨਹੀਂ। ਉਹਦੇ ਵਿੱਚ ਇੱਕ ਗਿੱਦੜਬਾਹਾ ਹਲਕਾ ਬੜਾ ਚਰਚਾ ਦੇ ਵਿੱਚ ਹੈ, ਉਹ ਹੁਣ ਆਇਆ ਸੁਖਬੀਰ ਸਿੰਘ ਬਾਦਲ ਦੇ ਕਰਕੇ ਚਰਚਾ ਦੇ ਵਿੱਚ। ਉਹਨਾਂ ਨੇ ਤਾਂ ਉੱਥੇ ਅਪੀਲ ਵੀ ਬੜੀ, ਉਹਨੂੰ ਕਹਿ ਸਕਦੇ ਹਾਂ ਕਿ ਜਿਹੜੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਾਂ ਵਰਕਰ ਨੇ, ਉਹਨਾਂ ਨੂੰ ਭਾਵੁਕ ਕਰਨ ਵਾਲੀ ਕੀਤੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਇਹ ਹੋਣੀ ਹੈ, ਇੱਥੋਂ ਆਪਾਂ ਨੂੰ ਪੁਰਾਣੇ ਰਿਕਾਰਡ ਦੇ ਮੁਤਾਬਕ ਜਿਤਾ ਦਿਓ, ਜੋ ਗੱਲਾਂ ਸਾਡੀਆਂ 95-2000 ਜਾਂ ਉਦੋਂ ਪਹਿਲਾਂ ਦੀਆਂ ਹੁੰਦੀਆਂ ਸੀ, ਜਦੋਂ ਗਿੱਦੜਬਾਹਾ ਸੀਟ ਸਾਡੇ ਕਬਜ਼ੇ 'ਚ ਹੁੰਦੀ ਸੀ, ਕਹਿੰਦੇ ਉਸੇ ਹਿਸਾਬ ਨਾਲ ਜਿਤਾਇਓ ਹੁਣ ਸੀਟ। ਦੇਖੋ, ਅਗਰ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਨਾ, ਤਾਂ ਇਹ ਟਰਨਿੰਗ ਪੁਆਇੰਟ ਰਿਹਾ ਸ਼੍ਰੋਮਣੀ ਅਕਾਲੀ ਦਲ ਵਾਸਤੇ, ਕਿਉਂਕਿ ਜਦੋਂ 1997 'ਚ ਸਰਕਾਰ ਬਣੀ ਆ ਤਾਂ ਆਖਰੀ ਅਕਾਲੀ ਦਲ ਦੀ ਸਰਕਾਰ 85 'ਚ ਬਣੀ ਸੀ, ਲਗਭਗ 12 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ। ਔਰ ਗਿੱਦੜਬਾਹਾ ਕਿਉਂਕਿ 92 ਦੇ ਵਿੱਚ ਕਹਿੰਦੇ ਨੇ ਕਿ 76 ਦੇ ਨਾਲ ਸਾਇਆ ਸੀ ਕਾਂਗਰਸ ਪਾਰਟੀ ਦੇ, 400 ਵੋਟਾਂ ਵਾਲਾ ਵੀ MLA ਬਣ ਗਿਆ ਸੀ, ਅਤੇ ਬਿੰਦ ਸਿੰਘ ਦੀ ਸਰਕਾਰ ਬਣ ਗਈ ਸੀ, ਬਿੰਦ ਸਿੰਘ ਮੁੱਖ ਮੰਤਰੀ। ਅਤੇ ਉਦੋਂ ਗਿੱਦੜਬਾਹੇ ਦੇ ਵਿੱਚ ਸੀਟ ਖਾਲੀ ਹੋ ਗਈ ਸੀ ਇੱਕ, ਉੱਥੇ ਜ਼ਿਮਨੀ ਚੋਣ ਹੋਈ ਸੀ, ਉਦੋਂ ਉਹਨਾਂ ਦੀ ਸਰਕਾਰ ਸੀ, ਸਾਰੀ ਸਰਕਾਰ ਉੱਥੇ ਬੈਠੀ ਸੀ, ਪਰ ਉੱਥੋਂ ਮਨਪ੍ਰੀਤ ਸਿੰਘ ਬਾਦਲ 1995 'ਚ ਮਨਪ੍ਰੀਤ ਸਿੰਘ ਬਾਦਲ MLA ਬਣ ਗਿਆ ਜ਼ਿਮਨੀ ਚੋਣ ਦੇ ਵਿੱਚ, ਅਤੇ 96 ਦੇ ਵਿੱਚ ਫਰੀਦਕੋਟ ਉਦੋਂ ਜਨਰਲ ਹਲਕਾ ਹੁੰਦਾ ਸੀ, ਸੁਖਬੀਰ ਸਿੰਘ ਬਾਦਲ ਲੋਕ ਸਭਾ ਮੈਂਬਰ ਬਣ ਗਿਆ। ਹੁਣ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਗਿੱਦੜਬਾਹਾ ਦੇ ਵਿੱਚ ਸਰਗਰਮੀ ਬਹੁਤ ਵਧਾ ਦਿੱਤੀ ਹੈ, ਕਿਉਂਕਿ ਇਹ ਅਕਾਲੀ ਦਲ ਦੀ ਛੱਡੋ, ਇਹ ਬਾਦਲ ਪਰਿਵਾਰ ਦੀ ਸੀਟ ਮੰਨੀ ਗਈ ਹੈ। 6 ਦਫਾ ਤਾਂ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਸਾਹਿਬ MLA ਬਣੇ ਨੇ, 4 ਵਾਰ ਕਰੀਬ MLA ਬਣ ਗਏ ਨੇ ਮਨਪ੍ਰੀਤ ਸਿੰਘ ਬਾਦਲ। ਹੁਣ ਇਹ ਉਸ ਪਰਿਵਾਰ ਦੀ ਸੀਟ ਰਹੀ ਹੈ। ਹੁਣ ਸੁਖਬੀਰ ਸਿੰਘ ਬਾਦਲ ਦੀਆਂ ਸਰਗਰਮੀਆਂ ਬਹੁਤ ਵੱਧ ਗਈਆਂ, ਪਿਛਲੀਆਂ 2 ਸੀਟਾਂ ਜਿਹੜੇ ਹਰਦੀਪ ਸਿੰਘ ਡਿੰਪੀ ਢਿੱਲੋਂ ਉਹ ਹਾਰ ਗਏ ਨੇ, ਬੜੇ ਘੱਟ ਮਾਰਜਨ ਦੇ ਨਾਲ ਹਾਰੇ ਨੇ। 22 ਦੇ ਵਿੱਚ ਵੀ ਮਸਾਂ ਰਾਜਾ ਅਮਰਿੰਦਰ ਸਿੰਘ ਵੜਿੰਗ ਜਿੱਤਿਆ, 17 ਦੇ ਵਿੱਚ ਵੀ ਮਸਾਂ ਰਾਜਾ ਵੜਿੰਗ ਜਿੱਤਿਆ ਹੈਗਾ। ਹੁਣ ਉੱਥੇ ਚਰਚਾ ਕਿ ਜਿਹੜੀ ਸਰਗਰਮੀ ਵਧਾਈ ਕਿ ਸੁਖਬੀਰ ਸਿੰਘ ਬਾਦਲ ਚੋਣ ਲੜਨਗੇ, ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਕਿ ਇਹ ਸਾਨੂੰ ਚੋਣ ਲੜਨੀ ਚਾਹੀਦੀ ਹੈ ਅਤੇ ਇਸ ਚੋਣ ਦੇ ਲੜਨ ਦੇ ਨਾਲ ਸਾਡੀ ਜਿਹੜੀ ਵਾਪਸੀ ਹੋ ਸਕਦੀ ਹੈ। ਅਤੇ ਇਹ ਵੀ ਚਰਚਾ ਜੇ ਸੁਖਬੀਰ ਸਿੰਘ ਬਾਦਲ ਇੱਥੋਂ ਚੋਣ ਲੜਦੇ ਨੇ ਗਿੱਦੜਬਾਹਾ ਤੋਂ, ਤਾਂ ਕੀ ਫਿਰ ਬਿਕਰਮ ਸਿੰਘ ਮਜੀਠੀਆ ਡੇਰਾ ਬਾਬਾ ਨਾਨਕ ਤੋਂ ਚੋਣ ਲੜਨਗੇ? ਕਿਉਂਕਿ ਅਕਾਲੀ ਦਲ ਨੂੰ ਇਸ ਟਾਈਮ ਸਿਫਟ ਸਿਰਫ ਇੱਕੋ ਟਾਰਗੇਟ ਕਿ ਸਾਡੀ ਵਾਪਸੀ ਹੋ ਜੇ। ਇਹ ਦੋਨਾਂ ਸੀਟਾਂ ਜੇ ਅਗਰ ਜਿੱਤ ਲੈਂਦੇ ਨੇ ਤਾਂ ਅਕਾਲੀ ਦਲ ਵਾਲੇ ਵੱਲ ਮੋੜਾ ਪੈ ਸਕਦਾ, ਪਰ ਜੇ ਹਾਰ ਗਏ ਦੋਨੇ ਸੀਟਾਂ ਤਾਂ ਨੁਕਸਾਨ ਵੀ ਹੋ ਸਕਦਾ, ਫਿਰ ਬਿਲਕੁਲ ਹੀ ਇਹਨਾਂ ਦੀ ਫੱਟੀ ਪੋਚੀ ਗਈ। ਪਰ ਜਿਹੜਾ ਵਾਸਤਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਾਇਆ, ਜਿਹੜੀ ਵੀਡੀਓ ਵਾਇਰਲ ਹੋ ਰਹੀ ਆ, ਉਹ ਕਹਿੰਦੇ ਪੁਰਾਣੇ ਜਥੇਦਾਰ ਬੈਠੇ, ਕਿਉਂਕਿ ਹਰ ਪਿੰਡ ਦੇ ਵਿੱਚ ਕੱਟੜ ਅਕਾਲੀ ਬੈਠੇ ਹੈਗੇ ਨੇ, ਜਿਨ੍ਹਾਂ ਦੇ ਵੱਡ ਵਡੇਰਿਆਂ ਨੇ ਅਕਾਲੀ ਦਲ ਵਾਸਤੇ ਕੁਰਬਾਨੀਆਂ ਦਿੱਤੀਆਂ, ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਹੈਗੀਆਂ, ਪੰਥ ਵਾਸਤੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੀਆਂ ਰਗਾਂ ਦੇ ਵਿੱਚ ਮਰਦੇ ਦਮ ਤੱਕ ਅਕਾਲੀ ਦਲ ਵੱਸਿਆ ਹੋਇਆ। ਉਹਨਾਂ ਵਾਸਤੇ ਅਕਾਲੀ ਦਲ ਇੱਕ ਰੂਹ ਦੀ ਖੁਰਾਕ ਆ, ਅਤੇ ਉਹਨਾਂ ਨੂੰ ਵਾਸਤਾ ਪਾਉਂਦੇ ਨੇ ਕਿ ਤੁਸੀਂ ਯਾਦ ਕਰੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਉਹਨਾਂ ਨੇ ਕਰੋਨਾ ਵੇਲੇ ਵੀ ਇਕੱਲੇ ਇਕੱਲੇ ਜਥੇਦਾਰਾਂ ਨੂੰ ਟੈਲੀਫੋਨ 'ਤੇ ਗੱਲ ਕਰਦੇ ਸੀ, ਇੱਥੋਂ ਤੱਕ ਕਿ ਲੋੜ ਪੈਣ 'ਤੇ ਘਰਾਂ ਦੇ ਵਿੱਚ ਰਾਤ ਦਿਨ ਦਾ ਰੋਟੀ ਪਾਣੀ ਵੀ ਭੇਜਦੇ ਸੀ। ਅਤੇ ਉਹ ਕਹਿੰਦੇ ਕਿ ਜਿਵੇਂ ਆਪਾਂ 95 ਦੇ ਵਿੱਚ ਮੋਰਚਾ ਗੱਡਿਆ ਸੀ ਨਾ, ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਹਰਾ ਕੇ ਆਪਾਂ ਇਹ ਜੀਤ ਸੀਟ ਜਿੱਤੇ ਸੀ, ਇਸ ਵਾਰ ਵੀ ਆਪਾਂ ਇੱਦਾਂ ਹੀ ਕਰਨਾ। ਅਤੇ ਜੇ ਇਸ ਵਾਰ ਆਪਾਂ ਇੱਦਾਂ ਹੀ ਕਰਨਾ, ਇਹਦਾ ਮਤਲਬ ਡਿੰਪੀ ਚੋਣ ਨਹੀਂ ਲੜਨੇ, ਸੁਖਬੀਰ ਸਿੰਘ ਬਾਦਲ ਲੜਨੇ, ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਵੋਟਾਂ ਪੈ ਸਕਦੀਆਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਨੂੰ, ਉਹਨਾਂ ਦੀ ਪਿਛਲੀ ਸਿਆਸਤ ਨੂੰ ਦੇਖਦੇ ਹੋਏ, ਕਿਉਂਕਿ ਲੋਕ ਪਛਤਾਉਣ ਲੱਗ ਪਏ ਹੈਗੇ ਨੇ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਰੋਣਾ ਚਾਹੀਦਾ ਸੀ। ਹੁਣ ਆਹ ਗਿੱਦੜਬਾਹਾ ਜੇ ਅਗਰ ਸੁਖਬੀਰ ਸਿੰਘ ਬਾਦਲ ਦਾ ਮਾਸਟਰ ਸਟਰੋਕ ਚੱਲ ਜਾਂਦਾ ਹੈਗਾ, ਤਾਂ ਲਾਜ਼ਮੀ ਤੌਰ 'ਤੇ ਇਸ ਵਾਰ ਉੱਥੋਂ ਡਿੰਪੀ ਨਹੀਂ ਲੜਨਗੇ, ਸੁਖਬੀਰ ਸਿੰਘ ਬਾਦਲ ਹੀ ਚੋਣ ਲੜ ਸਕਦੇ ਨੇ। ਉਹਨਾਂ ਕਿਹਾ ਕਿ ਕਿਵੇਂ ਆਪਣੀ ਸਰਕਾਰ
ਆਈ ਸੀ, ਜਿਹੜੀਆਂ ਐਗਜ਼ਾਮਪਲਾਂ ਦਿੱਤੀਆਂ, ਪ੍ਰਕਾਸ਼ ਸਿੰਘ ਬਾਦਲ ਦਾ ਵਾਸਤਾ ਦਿੱਤਾ ਹੈਗਾ ਕਿ ਆਪਾਂ ਕੀ ਕੁਝ ਕੀਤਾ ਹੈਗਾ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪੰਜਾਬ ਵਾਸਤੇ ਕੀ ਕੁਝ ਕੀਤਾ ਹੈਗਾ। ਇੱਥੋਂ ਤੱਕ ਕਹਿ ਰਹੇ ਨੇ ਕਿ ਉਹ ਕੰਮ ਕਰਕੇ ਦਿਖਾਉਂਦੇ ਸੀ, ਅਤੇ ਮੌਜੂਦਾ ਜਿਹੜੀ ਸਰਕਾਰ ਸਿਰਫ ਗੱਲਾਂ ਦਾ ਕੜਾ ਹੀ ਕਰ ਬਣਾਉਂਦੀ ਹੈਗੀ ਹੈ ਨਾ। ਉਹ ਕਹਿੰਦੇ ਕਿ ਇਸ ਸਰਕਾਰ ਨੇ ਵੀ ਪੰਜਾਬ ਦਾ ਬੜਾ ਨੁਕਸਾਨ ਕਰ ਦਿੱਤਾ, ਅਤੇ ਕਾਂਗਰਸ ਨੇ ਵੀ ਪੰਜਾਬ ਦਾ ਬੇੜਾ ਗਰਕ ਕੀਤਾ, ਅਤੇ ਇਹ ਵੀ ਉਸੇ ਰਾਹਾਂ 'ਤੇ ਚੱਲੀ ਹੈ। ਹੁਣ ਜਿਹੜੀ ਅਪੀਲ ਆ ਸੁਖਬੀਰ ਸਿੰਘ ਬਾਬਾ ਦੀ ਟੱਚੀ ਆ, ਔਰ ਲੋਕ ਜਜ਼ਬਾਤ ਵੀ ਹੋ ਜਾਂਦੇ ਨੇ, ਕਿਉਂਕਿ ਆਪਾਂ ਨੂੰ ਬਹੁਤੀ ਵਾਰ ਹੁੰਦਾ ਕਿ ਬੰਦਾ ਨਾ ਮਰਨ ਤੋਂ ਬਾਅਦ ਬੜਾ ਛੇਤੀ ਆਉਂਦਾ ਹੈਗਾ, ਅਤੇ ਕੀ ਉਹ ਗਿੱਦੜਬਾਹੇ ਦੇ ਲੋਕ, ਕਿਉਂਕਿ ਜਿਹੜੇ ਲੋਕ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਜਿਤਾਉਂਦੇ ਰਹੇ ਨੇ, ਜਾਂ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾਉਂਦੇ ਰਹੇ, ਉਹ ਅੱਜ ਵੀ ਤਾਂ ਦੁਨੀਆਂ ਦੇ ਵਿੱਚ ਹੈ ਹੀ ਨੇ, ਉਹਨਾਂ ਦਾ ਵਾਸਾ ਤਾਂ ਹੈ ਹੀ ਆ। ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਪੀਲ ਆ ਲੋਕਾਂ ਨੂੰ ਘਰ ਜੇ, ਲੋਕਾਂ ਨੂੰ ਹਾਂ ਕਿ ਹੋਣਾ ਚਾਹੀਦਾ, ਕਿਉਂਕਿ ਹੁਣ ਮਹਿਸੂਸ ਤਾਂ ਕਰਦੇ ਕਿ ਆਖਰੀ ਇਲੈਕਸ਼ਨ ਬਾਦਲ ਸਾਹਿਬ ਨੂੰ ਜੇ ਲੜਨੀ ਨਹੀਂ ਚਾਹੀਦੀ, ਜੇ ਲੜਨੀ ਚਾਹੀਦੀ ਤਾਂ ਜਿਤਾਉਣਾ ਚਾਹੀਦਾ ਸੀ ਜਾਂ ਉਹਨੂੰ ਜਿੱਤਣਾ ਚਾਹੀਦਾ। ਅਤੇ ਕੀ ਜੇ ਲੰਬੀ 'ਚ ਜੇ ਬਾਦਲ ਪਰਿਵਾਰ ਦੀ ਹਾਰ ਹੋਈ ਆ, ਜਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਆਖਰੀ ਇਲੈਕਸ਼ਨ ਹਾਰ ਹੋਈ ਆ, ਤਾਂ ਕੀ ਲੋਕ ਹੁਣ ਲੰਬੀ ਦੀ ਜਿਹੜੀ ਹਾਰ ਹੋਈ ਉਹ ਗਿੱਦੜਬਾਹਾ ਜਿੱਤ ਦੇ ਰੂਪ ਦੇ ਵਿੱਚ ਵੋਟਾਂ ਪਾ ਕੇ ਅਕਾਲੀ ਦਲ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣਗੇ? ਕਿਉਂਕਿ ਪਿਛਲੇ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਨੇ ਕਾਫੀ ਸਰਗਰਮੀ ਵਧਾ ਦਿੱਤੀ, ਔਰ ਸੁਖਬੀਰ ਸਿੰਘ ਬਾਦਲ ਸੀਟ ਜਿੱਤ ਕੇ ਇਹ ਵੀ ਆਪਣੇ ਆਪ 'ਚ ਸਾਬਤ ਕਰਨਾ ਚਾਹੁੰਦੇ ਹੋਣਗੇ ਕਿ ਦੇਖੋ ਮੇਰੇ 'ਤੇ ਤੁਹਮਤਾਂ ਲਾਉਂਦੇ ਸੀ ਕਿ ਪਾਰਟੀ ਡੁੱਬੀ ਆ, ਪਰ ਮੈਂ ਫਿਰ ਪਾਰਟੀ ਨੂੰ ਕੱਢ ਲਿਆਂਦਾ। ਕਿਉਂਕਿ ਜਦੋਂ ਸਰਕਾਰ ਦੇ ਵਿੱਚੋਂ ਤੁਸੀਂ ਜ਼ਿਮਨੀ ਚੋਣ ਜਿੱਤ ਲੈਂਦੇ ਹੋ, ਅਤੇ ਫਿਰ ਤੁਹਾਡੀ ਪਾਰਟੀ ਦਾ ਤੁਹਾਡਾ ਕੱਦ ਵੱਡਾ ਹੋ ਜਾਂਦਾ। ਜਿਵੇਂ ਬਾਈ ਇਲੈਕਸ਼ਨ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਜਿੱਤ ਗਏ ਜਾਂ ਉਹਦਾ ਦਾ ਲੱਗਾ, ਪਰ ਕੱਦ ਵੱਡਾ ਹੋ ਗਿਆ। ਕਾਂਗਰਸ ਪਾਰਟੀ ਵੀ ਆਪਣਾ ਕੱਦ ਜਲੰਧਰ ਲੋਕ ਸਭਾ ਜਿਹੜੀ ਜ਼ਿਮਨੀ ਚੋਣ ਰਹੀ ਜਿੱਥੋਂ ਸੁਸ਼ੀਲ ਰਿੰਕੂ ਜਿੱਤਿਆ, ਜੇ ਕਾਂਗਰਸ ਪਾਰਟੀ ਉੱਥੇ ਇੱਕੋ ਜੁੱਟ ਹੁੰਦੇ ਨਾ, ਢਿੱਡਾਂ ਦੇ ਵਿੱਚ ਬੇਈਮਾਨੀਆਂ ਹੁੰਦੀਆਂ, ਅਤੇ ਕਾਂਗਰਸ ਪਾਰਟੀ ਦਾ ਕੱਦ ਵੱਡਾ ਹੋ ਜਾਣਾ। ਆਹ ਵੀ ਸੀਟ ਜਿੱਤ ਸਕਦੇ ਸੀ ਮਹਿੰਦਰ ਭਗਤ ਵਾਲੀ, ਪਰ ਉੱਥੇ ਫਿਰ ਕੁਝ ਨਾ ਕੁਝ ਗੇਮ ਪੈ ਗਈ ਹੈਗੀ। ਜਿਸ ਚੀਜ਼ 'ਚ ਸੁਖਬੀਰ ਸਿੰਘ ਬਾਦਲ ਗੇਮ ਉਹ ਨਹੀਂ ਪਾਉਂਦਾ ਹੈਗਾ ਨਾ, ਉਹ ਤਾਂ ਸਿੱਧਾ ਲੜਦਾ ਹੈਗਾ, ਅਤੇ ਇਸ ਕਰਕੇ ਉਹਨੂੰ ਲੱਗਦਾ ਕਿ ਜੇ ਲੋਕਾਂ ਦੀ ਜੇ ਫੀਡਬੈਕ ਆ ਗਈ ਤਾਂ ਲਾਜ਼ਮੀ ਤੌਰ 'ਤੇ ਉੱਥੋਂ ਕੌਲ ਅਕਾਲੀ ਨੂੰ ਲੱਗਦਾ ਹੋਊਗਾ ਕਿ ਆਸ ਦੀ ਕਿਰਨ ਜਾਗੀ ਹੈਗੀ ਹੈ ਨਾ, ਵੀ ਉੱਥੇ ਆਸ ਅਕਾਲੀ ਦਲ ਲੱਗਦਾ ਕਿ ਅਸੀਂ ਇੱਥੇ ਜਿੱਤ ਸਕਦੇ। ਇਸ ਕਰਕੇ ਸੁਖਬੀਰ ਸਿੰਘ ਬਾਦਲ ਹੁਣੀ ਉੱਥੇ ਗੇੜੇ 'ਤੇ ਗੇੜਾ ਮਾਰ ਰਹੇ ਹੈਗੇ ਨੇ। ਇਹ ਹੁਣ ਦੇਖੋ ਡਿੰਪੀ ਢਿੱਲੋਂ ਜਿਹੜੇ ਨੇ, ਜਿਹੜੇ ਬੇਸਿਕਲੀ ਵਪਾਰੀ ਆ, ਉਹਨਾਂ ਨੇ 2 ਲੱਖ ਲੜੀਆਂ, ਪੈਸਾ ਵੀ ਖੂਬ ਲੱਗਾ ਉਹਨਾਂ ਦਾ। ਹੁਣ ਉਹ ਉਹਨਾਂ ਦਾ ਜਿਗਰਾ ਦੇਖਣ ਵਾਲਾ ਹੋਊਗਾ ਕਿ ਜੇ ਸੁਖਬੀਰ ਸਿੰਘ ਬਾਦਲ ਲੜਦੇ ਨੇ ਤਾਂ ਕੀ ਡਿੰਪੀ ਕਿਤੇ ਆਮ ਆਦਮੀ ਪਾਰਟੀ ਵੱਲੋਂ ਤਾਂ ਨਹੀਂ ਲੜੂਗਾ, ਜਾਂ ਅਕਾਲੀ ਦਲ ਦੇ ਨਾਲ ਹੀ ਬੱਝਿਆ ਰਹੂਗਾ? ਉੱਥੇ ਫਿਰ ਕਾਂਗਰਸ ਪਾਰਟੀ ਦਾ ਸੀਨ ਆ ਕਿ ਰਾਜਾ ਅਮਰਿੰਦਰ ਸਿੰਘ ਵੜਿੰਗ ਕੀ ਕਰਦੇ ਹੈਗੇ ਨੇ, ਉਹ ਆਪਣੀ ਵਾਈਫ ਨੂੰ ਲੜਾਉਂਦੇ ਨੇ ਜਾਂ ਕਿਸੇ ਹੋਰ ਜ਼ਿਲ੍ਹਾ ਪ੍ਰਧਾਨ ਨੂੰ ਲੜਾਉਂਦੇ ਹੈਗੇ ਨੇ? ਉਸ ਸੀਟ 'ਤੇ ਕਈਆਂ ਨੇ ਗੇਮ ਸੇਫ ਵੀ ਖੇਡਣੀ ਹੈਗੀ ਆ। ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂ ਕਿ ਕਿਹੜਾ ਖਿਡਾਰੀ ਕਿਹੜੀ ਸੇਫ ਗੇਮ ਖੇਡਦਾ ਹੈਗਾ, ਕਿਉਂਕਿ ਕਈਆਂ ਨੂੰ ਆਪਣੀ ਇੱਜ਼ਤ ਵੀ ਪਿਆਰੀ ਆ, ਕਈਆਂ ਨੂੰ ਆਪਣਾ ਵਜੂਦ ਪਿਆਰਾ, ਕਈਆਂ ਨੂੰ ਆਪਣਾ ਸਿਆਸੀ ਭਵਿੱਖ ਵੀ ਪਿਆਰਾ ਹੁੰਦਾ। ਇਹ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋ ਗਈ। ਪਰ ਹੁਣ ਜਿਵੇਂ ਉੱਥੇ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਚਰਚਾ ਛੇੜ ਦਿੱਤੀ ਸੀ ਭਗਵੰਤ ਮਾਨ ਸਾਹਿਬ ਨੇ, ਹੁਣ ਉਹ ਦੁਬਾਰਾ ਉੱਥੇ ਜਾ ਰਹੇ ਨੇ, ਉੱਥੇ ਪ੍ਰੋਗਰਾਮ ਕਰ ਰਹੇ ਨੇ, ਪ੍ਰੋਗਰਾਮ ਉਹਨਾਂ ਨੇ ਲੀਕ ਲਿਆ ਗਾ, ਅਤੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਲੱਗਾ ਹੋਊਗਾ ਕਿ ਲੋਕਾਂ ਦੇ ਵਿੱਚ ਇੱਕ ਜਿਹੜਾ ਮਾਸਟ ਸਟ੍ਰੋਕ ਨਹੀਂ ਹੁੰਦਾ, ਜਾਂ ਜਿਹੜਾ ਆਪਾਂ ਕਿਹੜੇ ਕਹਿੰਦੇ ਹੁੰਦੇ ਟ੍ਰਬਲ, ਜਿਹੜਾ ਇੱਕ ਅਜਿਹਾ ਕਿਹੜਾ ਤੀਰ ਕਹਿੰਦੇ ਹੁੰਦੇ ਆਪਾਂ, ਵੀ ਉਹ ਵਾਲਾ ਸੁੱਟਿਆ ਜਾਵੇ ਅਤੇ ਜਿਹੜੀ ਕਾਮਯਾਬੀ ਮਿਲੇ। ਅਤੇ ਜੇ ਇੱਥੋਂ ਸੁਖਬੀਰ ਸਿੰਘ ਬਾਦਲ ਚੋਣ ਲੜਦੇ ਨੇ, ਠੀਕ ਹੈ, ਬ੍ਰਹਮਸਤਰ, ਮੈਨੂੰ ਲੱਗਦਾ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਵਾਸਤਾ ਪਾਇਆ ਨਾ ਸੁਖਬੀਰ ਸਿੰਘ ਬਾਦਲ ਉਹਨੂੰ ਇਹ ਜੇ ਬ੍ਰਹਮਸਤਰ ਦੇ ਤੌਰ 'ਤੇ ਦੇਖ ਰਹੇ ਨੇ, ਅਤੇ ਜੇ ਇੱਥੋਂ ਸੁਖਬੀਰ ਸਿੰਘ ਬਾਦਲ ਲੜਦੇ ਨੇ ਤਾਂ ਲਾਜ਼ਮੀ ਤੌਰ 'ਤੇ ਬਿਕਰਮ ਸਿੰਘ ਮਜੀਠੀਆ ਡੇਰਾ ਬਾਬਾ ਨਾਨਕ ਤੋਂ ਲੜ ਸਕਦੇ ਨੇ, ਕਿਉਂਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਕੋਲ ਉਮੀਦਵਾਰ ਨਹੀਂ ਆ। ਸੁੱਚਾ ਸਿੰਘ ਲਗਾ ਸੀ,
ਉਹਨੂੰ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ, ਅਕਾਲੀ ਦਲ ਨੇ ਪ੍ਰਵਾਨ ਨਹੀਂ ਕਰਨਾ, ਔਰ ਜਿਹੜਾ ਜਿਹੜਾ ਰਵੀ ਕਰਨ ਕੱਲ੍ਹ ਹੋਣਾ ਉਹ BJP 'ਚ ਚਲਾ ਗਿਆ, ਚਰਚਾ ਤਾਂ ਕਿਤੇ ਹੋਰ ਨਾ ਕਿਸੇ ਤੀਜੀ ਪਾਰਟੀ ਦੇ ਵਿੱਚ ਚਲਾ ਜਾਵੇ। ਅਜਿਹੀ ਸਥਿਤੀ ਦੇ ਵਿੱਚ ਉੱਧਰੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਚੋਣ ਲੜਨ ਦੇ ਚਰਚਾ, ਅਤੇ ਉੱਥੋਂ ਗੁਰਦੀਪ ਸਿੰਘ ਰੰਧਾਵਾ ਜਿਨ੍ਹਾਂ ਨੇ 22 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਆ। ਅਜਿਹੀ ਸਥਿਤੀ ਦੇ ਵਿੱਚ ਜੇ ਬਿਕਰਮ ਸਿੰਘ ਮਜੀਠੀਆ ਆਉਂਦਾ ਤਾਂ ਉੱਥੇ ਵੀ ਮੁਕਾਬਲਾ ਜ਼ਬਰਦਸਤ ਹੋ ਸਕਦਾ।